ਖਾਲਸਾਈ ਜਾਹੋਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਰਮਈ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਖਾਲਸਾਈ ਜਾਹੋਜਲਾਲ ਦੇ ਨਾਲ ਰਵਾਨਾ ਹੋਏ ਇਸ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ। ਪੂਰਨ ਗੁਰਮਰਿਆਦਾ ਅਨੁਸਾਰ ਅਰਦਾਸ ਤੋਂ ਬਾਅਦ ਰਵਾਨਾ ਹੋਇਆ ਇਹ ਨਗਰ ਕੀਰਤਨ ਸ਼ਹਿਰ ਦੀ ਪਰਿਕਰਮਾ ਕਰਕੇ ਬੁਰਜ ਬਾਬਾ ਫੂਲਾ ਸਿੰਘ ਵਿੱਚ ਹਾਜ਼ਰੀ ਲਗਵਾਉਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੰਨ ਹੋਇਆ। ਪਹਿਲਾਂ ਇਸ ਸੁਰਮਈ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਸਾਲ ਵਿੱਚ 4 ਮਹੱਲੇ ਸਜਾਏ ਜਾਂਦੇ ਸਨ, ਪਰ ਹੁਣ ਸਿਰਫ਼ ਵਿਸਾਖੀ ਤੇ ਹੋਲੀ ਤੇ ਹੀ ਇਸ ਮਹੱਲੇ ਦੇ ਦੀਦਾਰ ਹੁੰਦੇ ਨੇ। ਹਮੇਸ਼ਾ ਦੀ ਤਰ੍ਹਾਂ ਇਹ ਨਗਰ ਕੀਰਤਨ ਮਹਾਰਾਜ ਜੀ ਦੇ ਸਮੇਂ ਤੋਂ ਸ੍ਰੀ ਅਕਾਲ ਤਖਤ ਦੀ ਸਦਰ ਛਾਇਆ ਹੇਠ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਾਂ ਤੇ ਸੁਰਮਈ ਨਿਸ਼ਾਨ ਦਾ ਦਾਅਵਾ ਨਿਕਲਦਾ ਆ ਰਿਹਾ ਹੈ, ਜੋ ਸ੍ਰੀ ਮੈਨੇਜਰ ਦਰਬਾਰ ਸਾਹਿਬ ਅਤੇ ਸਿੰਘ ਸਭਾ ਦੇ ਸਹਿਯੋਗ ਨਾਲ ਨਿਕਲਦਾ ਪਿਆ ਹੈ। ਇਹ ਨਗਰ ਕੀਰਤਨ ਸ੍ਰੀ ਅਕਾਲ ਤੋਂ ਸ਼ੁਰੂ ਹੋ ਕੇ ਵੱਖ ਵੱਖ ਸ਼ਹਿਰ ਦੇ ਬਾਜ਼ਾਰਾਂ ਚੋਂ ਹੁੰਦਾ ਆ, ਤਕਰੀਬਨ ਚੌਕ ਪਹੁੰਚੇਗਾ। ਉਪਰੰਤ ਇਹ ਨਗਰ ਕੀਰਤਨ ਚੌ ਮੰਡੀ ਜਲਿਆਂ ਵਾਲਾ ਬਾਗ ਤੇ ਵਾਪਸ ਸ੍ਰੀ ਅਕਾਲ ਸਾਹਿਬ ਪਹੁੰਚੇਗਾ। ਇਸ ਨਗਰ ਕੀਰਤਨ ਵਿਸ਼ੇਸ਼ ਹੈ ਕਿ ਸੁਰਮਈ ਨਿਸ਼ਾਨ ਸਾਹਿਬ ਜੋ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਾਡੇ ਵੱਡੇ ਵਡੇਰਿਆਂ ਨੂੰ ਦਿੱਤੇ ਸਨ। ਸਬਸਕ੍ਰਾਈਬ ਕਰੇ ਚੜ੍ਹਦੀ ਕਲਾ ਟਾਈਮ ਟੀਵੀ ਕੋ ਔਰ ਲੇਟੈਸਟ ਅਪਡੇਟ ਪਾਣੇ ਕੇ ਲੀਏ ਪ੍ਰੈਸ ਕਰੇ ਬੈਲ ਆਇਕਨ ਕੋ।